ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਤੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦਾ ਐਲਾਨ, ਹੁਣ 18 ਨੂੰ ਅਦਾਲਤ ਨੇ ਫੈਸਲਾ ਰਾਖਵਾ ਰੱਖਿਆ। ਕਿਸਾਨ ਸੰਗਠਨਾਂ ਵੱਲੋਂ ਲਖੀਮਪੁਰ ਵਿੱਚ ਕਰਵਾਏ ਅਰਦਾਸ ਪ੍ਰੋਗਰਾਮ ਵਿੱਚ ਪਹੁੰਚੀ ਪ੍ਰਿਯੰਕਾ ਗਾਂਧੀ। 2 ਤੋਂ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮਿਲੀ ਮਨਜ਼ੂਰੀ। ਰਾਜਾ ਵੜਿੰਗ ਵੱਲੋਂ ਨਿੱਜੀ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਲਾਉਣ ਦਾ ਐਲਾਨ ਤੇ ਸਵਰਗੀ ਜਥੇਦਾਰ ਸੇਵਾ ਸਿੰਘ ਸੇਖਵਾ ਦੇ ਪਰਿਵਾਰ ਨਾਲ ਵੱਖ ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਹਰਿਆਣਾ ਦੇ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਦੀ ਸਜ਼ਾ ਤੇ ਫੈਸਲਾ ਅੱਜ ਨਹੀਂ ਸੁਣਾਇਆ। CBI ਅਦਾਲਤ ਨੇ ਇਸ ਮਾਮਲੇ ਵਿੱਚ ਫੈਸਲਾ 18 ਅਕਤੂਬਰ ਤੱਕ ਸੁਰੱਖਿਅਤ ਰੱਖ ਲਿਆ ਏ। ਰਣਜੀਤ ਸਿੰਘ ਕਤਲ ਕੇਸ ਵਿੱਚ ਬਹਿਸ ਅਤੇ ਦਲੀਲਾਂ ਅੱਜ ਪੂਰੀਆਂ ਹੋ ਗਈਆਂ ਹਨ। ਦੱਸਿਆ ਜਾਂਦਾ ਕਿ ਰਾਮ ਰਹੀਮ ਵੱਲੋਂ 8 ਪੇਜ਼ਾਂ ਦੀ ਰਹਿਮ ਦੀ ਗੁਹਾਰ ਲਗਾਈ ਗਈ ਏ ਅਤੇ ਸਮਾਜ ਸੇਵੀ ਕੰਮਾਂ ਦਾ ਹਵਾਲਾ ਦਿੱਤਾ ਏ। ਇਸ ਤੋਂ ਪਹਿਲਾਂ ਅਦਾਲਤ ਨੇ 8 ਅਕਤੂਬਰ ਨੂੰ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦੇਈਏ ਕਿ ਰਣਜੀਤ ਸਿੰਘ ਦੀ ਸਾਲ 2002 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਆਪਣੀ ਭੈਣ ਤੋਂ ਸਾਧਵੀ ਦੇ ਜਿਨਸੀ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਲਿਖਵਾਈ ਸੀ। ਰਣਜੀਤ ਸਿੰਘ ਦੇ ਪਿਤਾ ਪੁਲਿਸ ਜਾਂਚ ਤੋਂ ਅਸੰਤੁਸ਼ਟ ਸਨ ਅਤੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਮੰਗ ਕੀਤੀ ਸੀ। ਅੱਜ ਸਭ ਤੋਂ ਪਹਿਲਾਂ ਤਾਂ ਜੋ ਸੁਣਵਾਈ ਦੇ ਦੌਰਾਨ ਆਨਰੇਬਲ ਕੋਰਟ ਨੇ ਜਿਹੜੇ ਕਨਵਿਕਟਸ ਹੈ ਉਹਨਾਂ ਦੀਆਂ ਸਟੇਟਮੈਂਟਸ ਰਿਕਾਰਡ ਕੀਤੀਆਂ ਜੀ। ਉਹਨਾਂ ਨੇ ਪਨਿਸ਼ਮੈਂਟ ਬਾਰੇ, ਇਸ ਜਜਮੈਂਟ ਬਾਰੇ, ਉਹਨਾਂ ਨੂੰ ਜਿਹੜਾ ਗਿਲਟੀ ਹੋਲਡ ਕੀਤਾ ਆਨਰੇਬਲ ਕੋਰਟ ਨੇ ਉਹਦੇ ਬਾਰੇ ਕੀ ਕਹਿਣਾ ਹੈ। ਸਟੇਟਮੈਂਟਸ ਰਿਕਾਰਡ ਕਰਨ ਤੋਂ ਬਾਅਦ ਕੁਆਂਟਮ ਆਫ ਸੈਂਟੈਂਸ ਦੇ ਆਰਗੂਮੈਂਟਸ ਸ਼ੁਰੂ ਕੀਤੇ ਗਏ ਔਰ CBI ਵੱਲੋਂ ਆਰਗੂਮੈਂਟਸ ਕੰਪਲੀਟ ਕੀਤੇ ਗਏ ਨੇ ਔਰ ਉਹਨਾਂ ਦੇ ਇੱਕ ਡਿਫੈਂਸ ਕਾਉਂਸਲ ਮਿਸਟਰ PK ਸੰਧੀਰ ਨੇ ਵੀ ਆਪਣੇ ਆਰਗੂਮੈਂਟਸ ਕੰਪਲੀਟ ਕਰਦੇ ਕੰਕਲੂਡ ਕਰਦੇ। ਬਾਕੀ ਐਕਿਊਜ਼ਡ ਵੱਲੋਂ, ਬਾਕੀ ਕਨਵਿਕਟ ਜਿਹੜੇ ਹੈਗੇ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਕਿ ਸਾਨੂੰ ਟਾਈਮ ਚਾਹੀਦਾ, ਅਸੀਂ ਫੁੱਲੀ ਪ੍ਰਪੇਅਰਡ ਨਹੀਂ ਹਾਂ। ਜੋ ਜਜਮੈਂਟਸ ਪ੍ਰੋਸੀਕਿਊਸ਼ਨ ਨੇ ਪੇਸ਼ ਕੀਤੇ ਨੇ ਅਸੀਂ ਉਹਨਾਂ ਨੂੰ ਗੋ ਥਰੂ ਹੋਣੇ, ਉਹ ਪੜ੍ਹਨੀਆਂ ਨੇ, ਇਸ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ। ਸੋ ਉਹਨਾਂ ਦੀ ਰਿਕੁਐਸਟ ਆਨਰੇਬਲ ਕੋਰਟ ਨੇ 18 ਤਰੀਕ ਇਸ ਕੇਸ ਦੇ ਵਿੱਚ ਲਗਾਈ ਹੈ, ਉਹਨਾਂ ਨੂੰ ਉਸ ਦਿਨ ਸੁਣਵਾਈ ਦਾ ਮੌਕਾ ਦਿੱਤਾ ਗਿਆ। ਸਰ, 18 ਤਰੀਕ ਜਿਹੜੀ ਗੁਰਮੀਤ ਰਾਮ ਰਹੀਮ ਵੱਲੋਂ ਸਾਰੀ ਚੀਜ਼ਾਂ ਲਿਖੀ ਗਈ ਹੈ, ਆਪਣੀ ਚੈਰਿਟੀ ਬਾਰੇ ਦੱਸਿਆ ਗਿਆ ਤੇ ਤੁਸੀਂ ਜਿਹੜੇ CBI ਦੇ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਉਹ ਕੀਤੀ ਗਈ ਹੈ, ਕਿਉਂਕਿ ਪੂਰਾ ਦਿਨ ਅੱਜ ਜਿਹੜੀ ਚੱਲੀ ਮੰਗ ਕੀਤੀ ਨਾ ਵੱਲੋਂ। ਜੋ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਸਟੇਟਮੈਂਟ ਉੱਥੋਂ ਜੇਲ੍ਹ ਵਿੱਚੋਂ ਭੇਜੀ ਲਿਖ ਕੇ, ਉਹਦਾ ਇੰਗਲਿਸ਼ ਟਰਾਂਸਲੇਸ਼ਨ ਅੱਜ ਕੋਰਟ ਦੇ ਵਿੱਚ ਕੀਤਾ ਗਿਆ ਉਹਨਾਂ ਦੇ ਵਕੀਲ ਵੱਲੋਂ ਔਰ ਉਹਨਾਂ ਨੂੰ ਵਾਪਸ ਭੇਜ ਕੇ ਸਾਈਨ ਕਰਵਾਏ ਗਏ ਔਰ ਉਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਆਪਣੀਆਂ ਜੋ ਪ੍ਰਾਪਤੀਆਂ ਨੇ ਡੇਰੇ ਵੱਲੋਂ ਕੀਤੀਆਂ ਗਈਆਂ, ਜਿਵੇਂ ਆਈ ਕੈਂਪਸ ਲਗਾਏ, ਟਰੀਜ਼ ਪਲਾਂਟੇਸ਼ਨ ਕੈਂਪ ਲਗਾਏ ਗਏ, ਜਾਂ ਕਿਤੇ ਕੋਈ ਭੂਚਾਲ ਭੂਕੰਪ ਆਇਆ ਉੱਥੇ ਕੋਈ ਰਾਹਤ ਸਮੱਗਰੀ ਭੇਜੀ ਗਈ, ਉਹਦੇ ਬਾਰੇ ਕਾਫੀ ਕੁਛ ਲਿਖਿਆ ਹੋਇਆ ਔਰ ਉਹਨਾਂ ਨੇ ਇੱਕ ਚੀਜ਼ ਹੋਰ ਵੀ ਲਿਖੀ ਕਿ ਮੈਨੂੰ ਕੁਛ ਹੈਲਥ ਪ੍ਰੋਬਲਮਸ ਨੇ, ਜਿਵੇਂ ਬਲੱਡ ਪ੍ਰੈਸ਼ਰ ਹੈ, ਮੇਰਾ ਅੱਖਾਂ 'ਚ ਮੇਰੀ ਕੋਈ ਪ੍ਰੋਬਲਮ ਹੈ, ਮੈਨੂੰ ਕੋਈ ਕਿਡਨੀ ਸਟੋਨਸ ਦੀ ਪ੍ਰੋਬਲਮ ਹੈ, ਉਹ ਵੀ ਉਹਨਾਂ ਨੇ ਇੱਕ ਪਲੀ ਆਪਣੇ ਸਟੇਟਮੈਂਟ ਦੇ ਵਿੱਚ ਲਿੱਤੀ ਹੈ। ਸਰ, ਅਸੀਂ ਅੱਜ ਆਪਣੇ ਵੱਲੋਂ ਕੁਛ ਸਾਈਟੇਸ਼ਨਸ ਪੇਸ਼ ਕੀਤੀਆਂ ਆਨਰੇਬਲ ਸੁਪਰੀਮ ਕੋਰਟ ਦੀਆਂ, ਉਹਨਾਂ ਦੇ ਬੇਸਿਸ 'ਤੇ ਅਸੀਂ ਮੈਕਸੀਮਮ ਸੈਂਟੈਂਸ ਦੀ ਮਾਨਯੋਗ ਅਦਾਲਤ ਤੋਂ ਮੰਗ ਕੀਤੀ, ਯਾਨੀ ਡੈਥ ਪੈਨਲਟੀ ਦੀ ਮੰਗ ਕੀਤੀ। ਜੋ ਮੈਕਸੀਮਮ ਸੈਂਟੈਂਸ ਪ੍ਰੈਸਕ੍ਰਾਈਬਡ ਹੈ 302 'ਚ, ਅਸੀਂ ਉਹਦੀ ਮੰਗ ਕੀਤੀ। ਸਰ, 18 ਅਕਤੂਬਰ ਨੂੰ ਹੁਣ ਦੁਬਾਰਾ ਤੋਂ ਬਹਿਸ ਹੋਏਗੀ, ਇਹ ਸਿੱਧਾ ਸੁਰੱਖਿਅਤ ਜਿਹੜਾ ਫੈਸਲਾ ਰੱਖਿਆ ਗਿਆ 18 ਤਰੀਕ ਨੂੰ, ਜਿਹੜੇ ਬਾਕੀ ਕਨਵਿਕਟਸ ਨੇ ਉਹਨਾਂ ਦੇ ਵਕੀਲ ਸਾਹਿਬਾਨ ਆਰਗੂਮੈਂਟਸ ਕਰਨਗੇ, ਉਸ ਤੋਂ ਬਾਅਦ ਆਨਰੇਬਲ ਕੋਰਟ ਫੈਸਲਾ ਸੁਣਾਉਣਗੇ। 302 ਦੇ ਵਿੱਚ ਮਿਨੀਮਮ ਸੈਂਟੈਂਸ ਲਾਈਫ ਔਰ ਮੈਕਸੀਮਮ ਡੈਥ ਪੈਨਲਟੀ। ਸਰ, ਤੁਹਾਡੇ ਵੱਲੋਂ ਆਪਣੇ ਜਿਹੜੇ ਆਰਗੂਮੈਂਟਸ ਨੇ ਉਹ ਕੰਕਲੂਡ ਕਰ ਲਏ ਗਏ ਅੱਜ? ਸਰ, CBI ਵੱਲੋਂ ਕੰਕਲੂਡ ਹੋ ਗਏ ਨੇ ਔਰ ਬਾਕੀ ਕਨਵਿਕਟਸ ਜਿਹੜੇ ਰਹਿੰਦੇ ਨੇ ਇੱਕ ਨੂੰ ਛੱਡ ਕੇ ਉਹ 18 ਤਰੀਕ ਨੂੰ ਕੀਤੇ ਜਾਣਗੇ। ਉਮੀਦ ਹੈ ਕਿ ਉਨ੍ਹਾਂ ਦੇ ਆਰਗੂਮੈਂਟਸ ਕੰਪਲੀਟ ਹੋ ਜਾਣਗੇ। ਲਖੀਮਪੁਰ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ 4 ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਨੂੰ ਸ਼ਰਧਾਂਜਲੀ ਦੇਣ ਲਈ ਕਿਸਾਨ ਸੰਗਠਨਾਂ ਨੇ ਤਿਕੁਣੀਆਂ ਪਿੰਡ ਵਿੱਚ ਅਰਦਾਸ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਲਖੀਮਪੁਰ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਤੇ ਤੰਜ ਕੱਸਿਆ। ਉਨ੍ਹਾਂ ਨੇ ਪੁਲਿਸ ਤੇ ਵੀ ਸਵਾਲ ਉਠਾਏ। ਰਾਕੇਸ਼ ਟਿਕੈਤ ਨੇ ਕਿਹਾ, ਫਿਲਹਾਲ ਰੈੱਡ ਕਾਰਪੇਟ ਗ੍ਰਿਫਤਾਰੀ ਹੋਈ ਏ। ਉੱਥੇ ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸ਼ਿਰਕਤ ਕੀਤੀ ਪਰ ਉਨ੍ਹਾਂ ਨੂੰ ਮੰਚ ਤੇ ਆਉਣ ਨਹੀਂ ਦਿੱਤਾ ਗਿਆ।
2 ਤੋਂ 18 ਸਾਲ ਦੇ ਬੱਚੇ ਹੁਣ ਕਰੋਨਾ ਵੈਕਸੀਨ ਲਗਵਾ ਸਕਣਗੇ। ਬੱਚਿਆਂ ਨੂੰ ਕੋਵੈਕਸੀਨ ਦੀਆਂ 2 ਖੁਰਾਕਾਂ ਦਿੱਤੀਆਂ ਜਾਣਗੀਆਂ। CDSCO ਦੀ ਵਿਸ਼ਾ ਮਾਹਿਰ ਕਮੇਟੀ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਦੇਣ ਦੀ ਸਿਫਾਰਿਸ਼ ਕੀਤੀ ਹੈ। ਹਾਸਲ ਜਾਣਕਾਰੀ ਦੇ ਅਨੁਸਾਰ ਇਸ ਟੀਕੇ ਤੋਂ ਇਮਿਊਨ ਸਿਸਟਮ ਵਿਕਸਿਤ ਹੋਵੇਗਾ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੇਸ਼ ਵਿੱਚ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਕੋਵੈਕਸੀਨ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤ ਬਾਇਓਟੈਕ ਤੇ ICMR ਨੇ ਮਿਲ ਕੇ ਕੋਵੈਕਸੀਨ ਬਣਾਇਆ ਏ। ਕੋਰੋਨਾ ਵਾਇਰਸ ਵਿਰੁੱਧ ਟੀਕਾ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਲਗਭਗ 78% ਪ੍ਰਭਾਵਸ਼ਾਲੀ ਸਾਬਤ ਹੋਇਆ। ਦੂਜੇ ਤੇ ਤੀਜੇ ਪੜਾਅ ਦੇ ਟਰਾਇਲ ਭਾਰਤ ਵਿੱਚ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਤੇ ਸ਼ੁਰੂ ਹੋਏ ਸੀ। ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਟੀਕੇ ਦੇ ਸੰਬੰਧ ਵਿੱਚ ਇਹ ਫੈਸਲਾ ਲਿਆ ਗਿਆ ਏ। ਚੰਡੀਗੜ੍ਹ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁੱਖ ਦਫ਼ਤਰ ਵਿਖੇ ਬੱਸ ਟਰੈਕਿੰਗ ਸਿਸਟਮ ਮੋਨੀਟਰਿੰਗ ਅਤੇ ਕੰਟਰੋਲ ਰੂਮ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕੈਬਨਿਟ ਮੰਤਰੀ ਰਾਜਾ ਵੜਿੰਗ ਨੇ ਦੱਸਿਆ ਕਿ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਦੀ ਕਾਰਗੁਜ਼ਾਰੀ ਸੁਰੱਖਿਆ ਦੇ ਲਿਹਾਜ਼ ਨਾਲ ਤਸੱਲੀਬਖਸ਼ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਿੱਚ ਵੀ ਵਾਹਨ ਟਰੈਕਿੰਗ ਸਿਸਟਮ ਲਾਉਣਾ ਯਕੀਨੀ ਬਣਾਇਆ ਜਾਵੇਗਾ। ਇਸੇ ਦੌਰਾਨ ਟਰਾਂਸਪੋਰਟ ਮੰਤਰੀ ਨੇ ਸਿਸਟਮ ਦੇ ਕੰਮਕਾਜ ਦੀ ਜਾਂਚ ਕਰਨ ਲਈ ਵੱਖ ਵੱਖ ਡੀਪੂਆਂ ਦੇ ਕਈ ਜਨਰਲ ਮੈਨੇਜਰਾਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਫੋਨ ਕਰਕੇ ਸਿਸਟਮ ਦੀ ਕਾਰਜਕੁਸ਼ਲਤਾ ਚੈੱਕ ਕੀਤੀ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਹ ਸਿਸਟਮ ਹੁਣ ਤੱਕ ਪਨਬੱਸ ਪੰਜਾਬ ਰੋਡਵੇਜ਼ ਦੀਆਂ 1450 ਬੱਸਾਂ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ, ਜੋ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਿਹਾ ਹੈ। ਕਿਉਂਕਿ ਕਿਸੇ ਐਮਰਜੈਂਸੀ ਸਥਿਤੀ ਲਈ ਔਰਤਾਂ ਲਈ ਬੱਸਾਂ ਵਿੱਚ ਪੈਨਿਕ ਬਟਨ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਦੇ ਪਾਰਦਰਸ਼ੀ ਅਤੇ ਸਮਾਬੱਧ ਆਉਣ ਜਾਣ ਲਈ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ। ਸਿਆਸਤ ਦੇ ਬਾਬਾ ਬੋਰ ਜਾਣੇ ਜਾਂਦੇ ਜਥੇਦਾਰ ਸੇਵਾ ਸਿੰਘ ਸੇਖਵਾ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਅੱਜ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਉਨ੍ਹਾਂ ਦੇ ਗ੍ਰਹਿ ਪਿੰਡ ਸੇਖਵਾ ਵਿਖੇ ਪਹੁੰਚੇ। ਇਸ ਮੌਕੇ ਜਥੇਦਾਰ ਸੇਖਵਾ ਦੀ ਧਰਮ ਪਤਨੀ ਅਮਰਜੀਤ ਕੌਰ ਸੇਖਵਾ, ਪੁੱਤਰ ਜਗਰੂਪ ਸਿੰਘ ਸੇਖਵਾ, ਮਹਿਰਾਜ ਸਿੰਘ ਸੇਖਵਾ ਅਤੇ ਚਾਚਾ ਸੁਦਾਗਰ ਸਿੰਘ ਸੇਖਵਾ ਨਾਲ ਦੁੱਖ ਸਾਂਝਾ ਕਰਦਿਆਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਜੀ ਨੇ ਕਿਹਾ ਕਿ ਸਰਦਾਰ ਸੇਵਾ ਸਿੰਘ ਸੇਖਵਾ ਦੇ ਅਕਾਲ ਚਲਾਣਾ ਕਰ ਜਾਣ ਦੇ ਨਾਲ ਸਾਡੇ ਸਮਾਜ ਨੂੰ ਅਤੇ ਕੌਮ ਨੂੰ ਵੱਡਾ ਘਾਟਾ ਪਿਆ ਏ। ਉਨ੍ਹਾਂ ਸਰਦਾਰ ਸੇਖਵਾ ਦੇ ਮਰਹੂਮ ਪਿਤਾ ਜਥੇਦਾਰ ਉਜਾਗਰ ਸਿੰਘ ਸੇਖਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਟਕਸਾਲੀ ਆਗੂ ਸਨ, ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਸੂਬੇ ਲਈ ਆਪਣੀ ਕੌਮ ਲਈ ਕੰਮ ਕੀਤਾ, ਜਿਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਸਰਦਾਰ ਸੇਖਵਾ ਸਿਆਸਤ ਅਤੇ ਸਮਾਜ ਦੀ ਸੇਵਾ ਵਿੱਚ ਪੂਰੀ ਸਰਗਰਮੀ ਨਾਲ ਕਾਰਜਸ਼ੀਲ ਰਹੇ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਿਆਸਤਦਾਨ ਦੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀ ਸਿਆਸੀ ਉਥਲ ਪੁਥਲ ਵੀ ਹੁੰਦੀ ਏ, ਪਰ ਇੱਕ ਮਿਸ਼ਨ ਲਈ ਚੰਗੇ ਢੰਗ ਨਾਲ ਸਮਾਜ ਦੀ ਸੇਵਾ ਕਰ ਸਕਣਾ, ਸਮਾਜ ਦੇ ਕੰਮ ਆ ਸਕਣਾ, ਆਪਣੇ ਲੋਕਾਂ ਨੂੰ ਸੰਬੋਧਿਤ ਹੋ ਸਕਣਾ, ਇਹ ਸਭ ਸਰਦਾਰ ਸੇਵਾ ਸਿੰਘ ਸੇਖਵਾ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਏ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਏ ਕਿ ਉਨ੍ਹਾਂ ਦਾ ਪਰਿਵਾਰ ਅਤੇ ਖਾਸ ਕਰਕੇ ਉਨ੍ਹਾਂ ਦਾ ਪੁੱਤਰ ਜਗਰੂਪ ਸਿੰਘ ਸੇਖਵਾ ਪਰਿਵਾਰਕ ਪਰੰਪਰਾ ਨੂੰ ਅੱਗੇ ਵਧਾਏਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਥੇਦਾਰ ਸੇਵਾ ਸਿੰਘ ਸੇਖਵਾ ਦੇ ਜਾਣ ਨਾਲ ਪਰਿਵਾਰ ਅਤੇ ਆਮ ਆਦਮੀ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਸ ਮੌਕੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਦਾਰ ਸੇਵਾ ਸਿੰਘ ਸੇਖਵਾ ਦਾ ਅਕਾਲ ਚਲਾਣਾ ਬਹੁਤ ਹੀ ਦੁਖਦਾਈ ਏ। ਸੇਖਵਾ ਸਾਹਿਬ ਦੇ ਜਾਣ ਨਾਲ ਸਾਡੇ ਸਮਾਜ ਨੂੰ, ਕੌਮ ਨੂੰ ਬਹੁਤ ਘਾਟਾ ਪਿਆ, ਕਿਉਂਕਿ ਸੇਖਵਾ ਪਰਿਵਾਰ, ਇਹਨਾਂ ਦੇ ਪਿਤਾ ਜੀ ਸਰਦਾਰ ਉਜਾਗਰ ਸਿੰਘ ਸੇਖਵਾ ਬੜੇ ਟਕਸਾਲੀ ਅਕਾਲੀ ਸੀਗੇ। ਬੜੀ ਉਹਨਾਂ ਨੇ ਮਿਹਨਤ ਕੀਤੀ ਜ਼ਿੰਦਗੀ 'ਚ, ਪੰਜਾਬ ਲਈ, ਆਪਣੀ ਕੌਮ ਲਈ ਬਹੁਤ ਕੰਮ ਕੀਤਾ। ਅੱਜ ਵੀ ਉਹਨਾਂ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਰਦਾਰ ਸੇਵਾ ਸਿੰਘ ਸੇਖਵਾ ਹੋਰਾਂ ਨੇ ਆਪਣੇ ਪਿਤਾ ਜੀ ਦੇ ਪੈਰ ਚਿੰਨ੍ਹਾਂ 'ਤੇ ਚੱਲਦੇ ਹੋਏ ਇਸ ਗੱਲ ਨੂੰ ਅੱਗੇ ਵਧਾਇਆ, ਔਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਰਗਰਮੀ ਨਾਲ ਜਿਹੜਾ ਇਹਦੇ 'ਚ ਸਿਆਸਤ ਵਿੱਚ ਵੀ ਅਤੇ ਸਮਾਜ ਦੀ ਸੇਵਾ 'ਚ ਵੀ ਜਿੰਨਾ ਕੁ ਵੱਧ ਤੋਂ ਵੱਧ ਉਹਨਾਂ ਦੀ ਕਪੈਸਿਟੀ ਸੀ, ਉਹਨਾਂ ਦੇ ਵਿੱਚ ਸ਼ਕਤੀ ਸੀ, ਉਹਨਾਂ ਨੇ ਪੂਰੀ ਜ਼ਿੰਦਗੀ ਸਰਗਰਮੀ ਨਾਲ ਆਪਣੇ ਸਮਾਜ ਦੀ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਸੇਵਾ ਕੀਤੀ। ਸਿਆਸਤ ਵਿੱਚ ਆਪਸੀ ਵਿਚਾਰ ਵਟਾਂਦਰਾ ਵੀ ਕਈ ਵਾਰ ਉਹਦੇ 'ਚ ਟਕਰਾਅ ਆ ਜਾਂਦਾ, ਉਹਦੇ 'ਚ ਬਹੁਤ ਸਾਰੀ ਜਿਹੜਾ ਉਥਲ ਪਥਲ ਵੀ ਹੁੰਦੀ ਹੈ, ਪਰ ਮੈਂ ਸਮਝਦਾ ਕਿ ਇੱਕ
मिशन लई एक अच्छे ढंग लई समाज दी सेवा कर सकना, समाज दे काम आ सकना, अपने लोकां नूं संबोधित हो सकना, ये उन्होंने अपनी जिंदगी च कीता, इस दी सारी संतुष्टि है। उन्हां दा परिवार भी खास तौर पर जगरूप सिंह वो भी उन्हां दे नाल चलदा रहा, उन्हां तो ट्रेनिंग ली है। मैनूं उम्मीद है कि अपने परिवारक जिहड़ी इन्हां दी तौर है, जिहड़ी परंपरा है, उस नूं ये परिवार कायम रखेगा। इन्हां शब्दां नाल मैं उस बहुत प्यारे इंसान नूं, क्योंकि मेरे नाल उन्हां दा बहुत लंबा रिश्ता रहा, दोस्ती रही है। कि सेवा सिंह सेखवा जी हमारे बीच में नहीं रहे, बिल्कुल यकीन ही नहीं होता। आप सब लोगों के सामने इसी जगह आज से कुछ दिन पहले हम लोगों ने मिलके प्रेस कॉन्फ्रेंस करी थी। सेवा सिंह सेखवा जी ने आम आदमी पार्टी ज्वाइन करी थी, हमें बेहद खुशी थी। सेवा सिंह सेखवा जी का भी सपना था कि पंजाब को बदलना है, और वो बार बार मुझे ये कहते थे कि आम आदमी पार्टी की नीयत बहुत अच्छी है, अच्छी पार्टी है, मिलके पंजाब को बदलेंगे। पिछले 6-7 महीने से उनको कैंसर की बीमारी थी, वो दिल्ली अपना इलाज करा रहे थे। दिन वहाँ पे दिल्ली में अपना इलाज करके लौटे थे। मैंने भी डॉक्टरों से बात की थी, डॉक्टरों ने कहा था वो पूरी तरह से रिकवर हो जाएंगे, लेकिन जब वो वापस आए तो ठीक ठाक थे, लेकिन 10 दिन के अंदर ही उनका देहांत हो गया। अचानक उनका बीपी और शुगर लो हो गया, और हम सब लोगों को बहुत दुख है, पूरा परिवार भी उनका सदमे में है। मैं परिवार को कहना चाहता हूं, उनके पुत्र हमारे साथ हैं, उनको कहना चाहता हूं कि हम पूरी पार्टी, हम सब लोग उनके साथ हैं इस दुख की घड़ी में। भगवान उनकी आत्मा को शांति दे और सब लोगों को ये दुख सहने की शक्ति दे। अभी यहाँ पे इसी का वहाँ पे कल आपके साथ प्रेस कॉन्फ्रेंस करेंगे, चिंता सर, कादियां हल्के से जुगनू सिंह अभी बताएंगे आपको, सब बताएंगे। केजरीवाल साहब का पहलों तो मैं धन्यवाद करना चाहुंदा सारी पार्टी लीडरशिप का, भगवंत मान जी का, चीमा साहब का, जिहड़े सारे इस दुख के शोक के टाइम पर साढ़े नाल आए आ, साडा दुख मंडा के गए आ। साढ़े भी जिहड़ी एक चीज़ आ, बड़ा वड्डा दुख आ, सदमा वो घट होया वा, क्योंकि सियाने कहिंदे आ कि दुख जिहड़ा वंडाउण नाल ओह घटदा आ। सो मैं पार्टी लीडरशिप का सारिआं दा धन्यवाद करदा, वो अज इत्थे आए आ, उन्होंने साढ़े नाल दुख सांझा कीता, और बड़ा जिथे सानू परिवार नू घाटा पिया, वो केजरीवाल साहब भी कह रहे थे कि जिथे तुहाडे परिवार नू घाटा पिया उत्थे पार्टी नू भी बहुत वड्डा घाटा पिया। मैं उन्हां दीआं सेवावां सारे पंजाब च लैणियां सी, पर उस अकाल पुरख नू, उस महाराज नू कुछ होर मंजूर सी। सो उन्होंने मैनू हुण बेनती कीती आ कि तुसीं जरूर जो उन्हां दे सुपने अधूरे रह गए आ, जो पंजाब नू लै के उन्हां दा विजन सी, वह तुसीं गांह अगे लै के चलो परिवार वल्लों। ਜਿਹੜਾ ਸੇਖਵਾਂ ਪਰਿਵਾਰ ਦਾ ਤੁਹਾਡਾ ਪਿਤਾ ਪੁਰਖੀ ਸਿਆਸਤ ਹੈ, ਇਹਨੂੰ ਜਗਰੂਪ ਸਿੰਘ ਸੇਖਵਾਂ ਅੱਗੇ ਵਧਾਉਣਗੇ, ਚੋਣ ਲੜਨਗੇ ਭਾਈ? ਮੈਨੂੰ ਇਹ ਪਾਰਟੀ ਨੇ ਡਿਸਾਈਡ ਕਰਨਾ, ਪਾਰਟੀ ਨੇ ਇਸ ਵੇਲੇ ਮੈਨੂੰ ਹਲਕਾ ਇੰਚਾਰਜ ਕਾਦੀਆਂ ਲਗਾਇਆ ਹੋਇਆ, ਉਹ ਸੇਵਾ ਅਸੀਂ ਤਨਦੇਹੀ ਨਾਲ ਕਰ ਰਹੇ ਹਾਂ, ਪਰ ਗਾਂਹ ਪਾਰਟੀ ਜੋ ਵੀ ਸੇਵਾ ਬਖਸ਼ੇਗੀ ਅਸੀਂ ਉੱਤੇ ਕੰਮ ਕਰਕੇ ਪਾਰਟੀ ਨੂੰ ਵੱਧ ਤੋਂ ਵੱਧ ਮਿਹਨਤ ਕਰਾਂਗੇ। ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਕੇਂਦਰੀ ਵਜ਼ਾਰਤ ਵਿੱਚੋਂ ਬਰਖਾਸਤਗੀ ਹੋਣੀ ਬਹੁਤ ਜ਼ਰੂਰੀ ਏ, ਕਿਉਂਕਿ ਉਸਦਾ ਪੁੱਤਰ ਘਟਨਾ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਏ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆ ਅਤੇ ਉਦੈਵੀਰ ਸਿੰਘ ਰੰਧਾਵਾ ਸਮੇਤ ਨਤਮਸਤਕ ਹੋਣ ਉਪਰੰਤ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਬਹੁਤ ਹੀ ਦੁਖਦਾਇਕ ਏ, ਜਿੱਥੇ ਕਿਸਾਨਾਂ ਨੂੰ ਬੇਰਹਿਮੀ ਨਾਲ ਦਰੜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਘਟਨਾ ਵਿੱਚ ਸ਼ਾਮਲ ਏ, ਜਿਸ ਦੀ ਪੂਰੇ ਮੁਲਕ ਵਿੱਚ ਸਖ਼ਤ ਨਿਖੇਧੀ ਹੋ ਰਹੀ ਏ। ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਅਜੇ ਮਿਸ਼ਰਾ ਵੱਲੋਂ ਕਿਸਾਨੀ ਸੰਘਰਸ਼ ਅਤੇ ਕਿਸਾਨਾਂ ਪ੍ਰਤੀ ਇੱਕ ਗੈਰ ਜ਼ਿੰਮੇਵਾਰਾਨਾ ਅਤੇ ਵਿਵਾਦਿਤ ਬਿਆਨ ਦੇਣਾ ਬਹੁਤ ਹੀ ਨਿੰਦਣਯੋਗ ਏ, ਜਿਸ ਲਈ ਮਿਸ਼ਰਾ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਏ। ਰੰਧਾਵਾ ਨੇ ਕਿਹਾ ਕਿ ਘਟਨਾ ਦੀ ਨਿਰਪੱਖ ਜਾਂਚ ਦੇ ਮੱਦੇਨਜ਼ਰ ਅਜੇ ਮਿਸ਼ਰਾ ਨੂੰ ਤੁਰੰਤ ਕੇਂਦਰੀ ਵਜ਼ਾਰਤ ਵਿੱਚੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਏ। ਪੁਣਛ ਦੇ ਵਿੱਚ ਜਿਹੜੇ ਸ਼ਹੀਦ ਹੋਏ ਇਹ ਵੀ ਉਹਦੇ 'ਚ ਮੇਰੇ ਆਪਣੇ ਇਲਾਕੇ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਠੱਠੇ ਪਿੰਡ ਦਾ, ਉਹ ਵੀ ਉੱਥੇ ਸ਼ਹੀਦ ਹੋਏ ਨੇ। ਉੱਥੇ ਜਿਹੜੀਆਂ ਚੀਜ਼ਾਂ ਜਿਹੜੀਆਂ ਲਖੀਮਪੁਰ ਦੀ ਪੋਲੀਟੀਕਲ ਜੇ ਗੱਲ ਕਰੀਏ,
ਉੱਥੇ ਵਾਕਿਆ ਪਿਛਲੀ ਬੈਕ ਸਾਈਡ ਤੋਂ ਲਿਆ ਕੇ ਉਹਨਾਂ ਦੇ ਉੱਤੇ ਦਰੜ ਦੇਣਾ ਬੜਾ ਦੁਖਦਾਇਕ ਗੱਲ ਹੈ। ਲਖੀਮਪੁਰ ਦੇ ਵਿੱਚ ਪੰਜਾਬੀਆਂ ਨੇ ਜਾ ਕੇ ਜਿਸ ਤਰੀਕੇ ਦੇ ਨਾਲ ਉੱਥੇ ਵਾਈ ਕੀਤੀ, ਯੂਪੀ ਨੂੰ ਕੋਈ ਖੇਤੀਬਾੜੀ ਦੱਸਣ ਦਾ ਤਰੀਕਾ ਦੱਸਿਆ ਤਾਂ ਜਾ ਕੇ ਪੰਜਾਬੀਆਂ ਨੇ, ਸਹੀ ਗੱਲ ਹੈ। ਅਤੇ ਅੱਜ ਉਹਨਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਜਿਹੜਾ, ਉਹ ਵੀ ਇੱਕ ਗਵਰਨਮੈਂਟ ਆਫ ਇੰਡੀਆ 'ਚ ਹੋਮ ਮਿਨਿਸਟਰ ਹੋਏ ਅਤੇ ਉਹਦਾ ਬੇਟਾ ਕਰੇ, ਬੜੀ ਸ਼ਰਮਦਾਇਕ ਗੱਲ ਹੈ। ਅਤੇ ਉਹਨੇ ਸਾਰਿਆਂ ਨਿਖੇਧੀ ਕੀਤੀ ਆ ਅਤੇ ਇੰਨੇ ਪ੍ਰੈਸ਼ਰ ਦੇ ਬਾਵਜੂਦ ਮੁੰਡਾ ਜਿਹੜਾ ਸੀ ਅਰੈਸਟ ਕੀਤਾ ਗਿਆ। ਪਰ ਉੱਥੇ ਗੱਲ ਨਹੀਂ ਕਿ ਨਾਲ ਇਹ ਵੀ ਹੈ ਕਿ ਉਸ ਮਿਨਿਸਟਰ ਨੇ ਜਿਹਨੇ ਆਪ ਦੋ ਦਿਨ ਪਹਿਲਾਂ ਉੱਥੇ ਲੈਕਚਰ ਵੀ ਕੀਤਾ ਕਿ ਲਖੀਮਪੁਰ ਕੀ ਇਹਨਾਂ ਦੇ ਮੈਂ ਅਤੇ ਕਰਕੇ ਮੈਂ ਲਖੀਮਪੁਰ ਵੀ ਛਡਵਾ ਦਾਂਗਾ। ਇਹ ਬੜੀਆਂ ਗਲਤ ਗੱਲਾਂ ਹੁੰਦੀਆਂ। ਪੋਲੀਟੀਕਲ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੇ ਸਾਰੇ ਪਰਿਵਾਰ, ਪੂਰਾ ਦੇਸ਼ ਉਹਦਾ ਆਪਣਾ, ਉਸ ਹੋਮ ਮਿਨਿਸਟਰ ਨੂੰ ਇਹਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਔਰ ਉਹਦੇ 'ਤੇ ਜਿਹੜਾ ਮੋਦੀ ਸਾਹਿਬ ਨੂੰ ਪਹਿਲਾਂ ਵੀ ਮੰਗ ਰੱਖੇ ਕਿ ਉਹਨੂੰ ਇਮੀਡੀਏਟਲੀ ਡਿਸਮਿਸ ਕਰਕੇ ਜਿਹੜੇ 120 ਪੀ 'ਚ ਰੱਖਿਆ ਉਹ ਵੀ ਅਰੈਸਟ ਹੋਣੀ ਚਾਹੀਦੀ। ਥੈਂਕ ਯੂ ਸਰ ਜੀ। ਇੱਕ ਬਿਜਲੀ ਦੀ ਗੱਲ ਕਿ ਵਰਲਡ ਨੇ ਆਪਣੇ ਪੂਰੇ ਕੰਟਰੀ ਵਾਈਡ ਆ ਅਤੇ ਜਿਹੜੀ ਕੋਲੇ ਦੀ ਕਮੀ, ਬਾਰਿਸ਼ਾਂ ਜਿਹੜੀਆਂ ਉੱਥੇ ਕਾਫੀ ਜ਼ਿਆਦਾ ਹੋਈਆਂ, ਪਰ ਫਿਰ ਵੀ ਪੰਜਾਬ ਸਰਕਾਰ ਮਹਿੰਗੀ ਬਿਜਲੀ ਲੈ ਕੇ ਵੀ ਲੋੜ ਪੂਰੀ ਕਰਨ ਦਾ ਯਤਨ ਕਰ ਰਹੀ ਹੈ। ਔਰ ਜਿੰਨੀ ਬਿਜਲੀ ਸਾਨੂੰ ਵੱਧ ਤੋਂ ਵੱਧ ਮਿਲ ਰਹੀ ਹੈ ਹਰ ਰੋਜ਼ ਜਿਹੜੀ ਬਿਜਲੀ ਅਸੀਂ ਉਹ ਲੈ ਰਹੇ ਹਾਂ। ਜਿੱਦਣ ਕੋਲਾ ਦਾ ਮੇਰੇ ਟ੍ਰੇਨਾਂ ਚੱਲ ਪਈਆਂ ਨੇ, ਠੀਕ, ਜਲਦੀ 2-3 ਦਿਨ 'ਚ ਅਸੀਂ ਇਹਦੇ 'ਤੇ ਕੰਟਰੋਲ ਕਰ ਲੈਣਾ। ਬਾਕੀ ਜਿਹੜੀ ਗਵਰਨਮੈਂਟ ਲੱਗੀ ਹੈ ਕਿ ਕਿੱਥੇ ਕਿੱਥੇ ਜਿਹੜੇ ਕੱਟ ਲਾਉਣ ਦੀ ਜ਼ਰੂਰਤ ਹੈ ਉੱਥੋਂ ਬਿਜਲੀ ਕੱਟ ਲਾ ਕੇ ਅਤੇ ਜਿੱਥੇ ਜਿੱਥੇ ਚਾਹੀਦੇ ਉਹਨਾਂ ਨੂੰ ਕਿਸਾਨਾਂ ਨੂੰ ਜਿਹੜੀ, ਕਿਉਂਕਿ ਆਖਰੀ ਪਾਣੀ ਲੱਗਣਾ ਹੁਣ ਉਹ ਪਾਣੀ ਪੂਰਾ ਕਰਨਾ। ਘਟਨਾਵਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਦੇ 'ਤੇ ਕਾਫੀ ਜਿਹੜਾ ਉਹਨਾਂ ਦੇ ਜਿੰਨੇ ਉਹਨਾਂ ਦੇ ਪ੍ਰੇਮੀ ਸੀਗੇ ਜਿਨ੍ਹਾਂ ਨੇ ਕੀਤੀ ਉਹਨਾਂ ਦੀ ਤਕਰੀਬਨ ਸਾਰਿਆਂ ਦੀ ਅਰੈਸਟ ਪੈ ਗਈ। ਠੀਕ ਹੈ। ਜਿਹੜੀ ਅੱਗੇ ਜਿਹੜੀ ਇਨਕੁਆਇਰੀ ਚੱਲਣੀ ਸੀ ਉਹ ਪਰਮਾਰ ਆਈ ਜੀ ਬੋਡਰੀ ਉਹਨਾਂ ਦੇ ਚੇਅਰਮੈਨਸ਼ਿਪ 'ਚ ਕਮੇਟੀ, ਔਰ ਬਹੁਤ ਜਲਦੀ ਅਸੀਂ ਉਹਦੇ 'ਤੇ ਵੀ ਐਕਸ਼ਨ ਕਰ ਰਹੇ ਹਾਂ। ਲਖੀਮਪੁਰ ਖੀਰੀ ਦੇ 5 ਸ਼ਹੀਦਾਂ ਦੀ ਅੰਤਿਮ ਅਰਦਾਸ ਨੂੰ ਸਮਰਪਿਤ ਅੱਜ ਲਖੀਮਪੁਰ ਖੀਰੀ ਵਿਚ ਹੋਏ ਸ਼ਰਧਾਂਜਲੀ ਸਮਾਗਮ ਵਿਚ ਅੱਜ ਇਹ ਵੱਡਾ ਐਲਾਨ ਕੀਤਾ ਗਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਿਸ ਥਾਂ ਤੇ ਕਤਲੇਆਮ ਹੋਇਆ ਹੈ ਉੱਥੇ ਥਾਂ ਖਰੀਦ ਕੇ ਇੱਕ ਪੱਕੀ ਯਾਦਗਾਰ ਉਸਾਰੀ ਜਾਵੇਗੀ। ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਪਹੁੰਚੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਸੰਯੁਕਤ ਮੋਰਚੇ ਤੇ ਸਥਾਨਕ ਸੰਤਾਂ ਮਹਾਂਪੁਰਸ਼ਾਂ ਨਾਲ ਰਾਏ ਮਸ਼ਵਰਾ ਕਰਕੇ ਇਸ ਬਾਰੇ ਫੈਸਲਾ ਲਿਆ ਗਿਆ ਤੇ ਸਮਾਗਮ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨ ਪਾਲ ਨੇ ਆਪ ਇਹ ਐਲਾਨ ਸੰਗਤ ਦੇ ਸਾਹਮਣੇ ਕੀਤਾ। ਇਸ ਬਾਰੇ ਸ੍ਰੀ ਸਿਰਸਾ ਨੇ ਕਿਹਾ ਕਿ ਅੱਜ ਕਮੇਟੀ ਦੀ ਟੀਮ 5 ਸ਼ਹੀਦਾਂ ਲਵਪ੍ਰੀਤ ਸਿੰਘ, ਨਛੱਤਰ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਅਤੇ ਪੱਤਰਕਾਰ ਰਮਨ ਕਸ਼ਯਪ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ ਪਹੁੰਚੀ ਸੀ। ਇੱਕ ਹੀ ਕਮੇਟੀ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਅਤੇ ਇੱਥੇ ਦੇ ਸੰਤ ਸਮਾਜ ਨਾਲ ਬੈਠ ਕੇ ਫੈਸਲਾ ਕੀਤਾ ਏ ਕਿ ਜਿੱਥੇ ਕਤਲੇਆਮ ਕੀਤਾ ਉੱਥੇ ਥਾਂ ਖਰੀਦ ਕੇ ਯਾਦਗਾਰ ਉਸਾਰੀ ਜਾਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਅੱਜ ਇਹ ਸਾਰੇ ਸਾਡੇ ਸਾਥੀ ਤਿਕੋਨੀਆ ਪਹੁੰਚੇ ਆ ਲਖੀਮਪੁਰ ਖੀਰੀ, ਜਿੱਥੇ ਸਾਡੇ 5 ਵੀਰ ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ, ਸਰਦਾਰ ਲਵਪ੍ਰੀਤ ਸਿੰਘ ਜੀ, ਸਰਦਾਰ ਨਛੱਤਰ ਸਿੰਘ ਜੀ, ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਦਲਜੀਤ ਸਿੰਘ ਜੀ ਅਤੇ ਕਸ਼ਯਪ ਜੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅੱਜ ਸਾਰੀ ਸਮੂਹ ਜਿਹੜੀ ਕਿਸਾਨ ਜਥੇਬੰਦੀਆਂ ਨੇ, 32 ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ, ਇੱਥੋਂ ਦੇ ਸੰਤ ਸਮਾਜ ਨੇ ਬੈਠ ਕੇ ਫੈਸਲਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਇਹ ਹਾਦਸਾ ਹੋਇਆ, ਜਿੱਥੇ ਕਤਲੇਆਮ ਕੀਤਾ ਗਿਆ, ਉਸੇ ਸਥਾਨ 'ਤੇ ਜਗ੍ਹਾ ਲੈ ਕੇ ਅਤੇ ਇਹਨਾਂ ਸ਼ਹੀਦਾਂ ਦਾ ਇੱਕ ਸਮਾਰਕ ਬਣਾਊਗੀ ਤਾਂ ਕਿ ਆਉਣ ਵਾਲੇ ਸਮੇਂ ਤੱਕ ਸਰਕਾਰਾਂ ਨੂੰ ਵੀ ਯਾਦ ਰਹੇ ਅਤੇ ਸਾਡੀ ਆਉਣ ਵਾਲੀਆਂ ਪੀੜ੍ਹੀ ਦਰ ਪੀੜ੍ਹੀ ਨੂੰ ਯਾਦ ਰਹੇ ਕਿ ਜੇਕਰ ਸਰਕਾਰ ਨੇ ਸਾਡੇ 'ਤੇ ਜ਼ਬਰ ਔਰ ਜ਼ੁਲਮ ਢਾਇਆ ਤਾਂ ਅਸੀਂ ਉਸ ਜ਼ਬਰ ਔਰ ਜ਼ੁਲਮ ਦੇ ਅੱਗੇ ਡਰੇ ਨਹੀਂ, ਦਬੇ ਨਹੀਂ, ਬਲਕਿ ਉਸ ਨੂੰ ਯਾਦਗਾਰ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਕਾਇਮ ਕੀਤਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੁਰੰਤ ਜਗ੍ਹਾ ਲੈ ਕੇ ਇਸ ਸ਼ਹੀਦੀ ਸਮਾਰਕ ਦਾ ਕਾਰਜ ਸ਼ੁਰੂ ਕਰਾਊਗੀ। ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਮੰਗ ਵਧਣ ਦੀ ਸੰਭਾਵਨਾ ਹੈ। ਬਿਜਲੀ ਸੰਕਟ ਲਗਾਤਾਰ ਵਧਣ ਕਰਕੇ ਕਿਸਾਨ ਵੱਖ ਵੱਖ ਥਾਵਾਂ 'ਤੇ ਧਰਨਾ ਦੇ ਰਹੇ ਹਨ। ਇਸ ਦੇ ਚੱਲਦੇ ਕਿਸਾਨ ਕੱਲ੍ਹ ਤੋਂ ਲਹਿਰਾ ਗਾਗਾ ਦੇ ਐਕਸੀਐਨ ਦਫ਼ਤਰ ਦਾ ਘਿਰਾਓ ਕਰ ਰਹੇ ਹਨ। ਅੱਜ ਸਵੇਰੇ ਜਿਵੇਂ ਹੀ ਬਿਜਲੀ ਕਰਮਚਾਰੀ ਅਤੇ ਅਧਿਕਾਰੀ ਪਹੁੰਚਣੇ ਸ਼ੁਰੂ ਹੋਏ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਉਹਨਾਂ ਨੂੰ ਦਫ਼ਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਕਿਸਾਨ ਮੇਨ ਗੇਟ 'ਤੇ ਬੈਠੇ ਰਹੇ, ਕਿਸਾਨਾਂ ਨੇ ਐਕਸੀਐਨ ਦਫ਼ਤਰ 'ਤੇ ਕਬਜ਼ਾ ਕਰ ਲਿਆ ਏ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ 5 ਘੰਟੇ ਵੀ ਬਿਜਲੀ ਦੇਣ ਤੋਂ ਅਸਮਰੱਥ ਏ। ਕਿਸਾਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਵੀ ਅਸੀਂ ਧਰਨਾ ਦਿੱਤਾ ਸੀ, ਉਹਨਾਂ ਨੇ ਭਰੋਸਾ ਦੇ ਕੇ ਧਰਨਾ ਚੁਕਾ ਦਿੱਤਾ ਸੀ। ਖੇਤਾਂ ਵਿੱਚ ਝੋਨੇ ਦੀ ਫਸਲ ਆਪਣੇ ਆਖਰੀ ਸਿਖਰ 'ਤੇ ਹੈ, ਹੁਣ ਖੇਤਾਂ ਲਈ ਬਿਜਲੀ ਦੀ ਜ਼ਰੂਰਤ ਵੀ ਜ਼ਿਆਦਾ ਹੁੰਦੀ ਏ। ਦੇਖੋ, ਜਿਹੜੀ ਗੱਲਬਾਤ ਐਕਸ ਸਾਹਿਬ ਨੇ ਦੱਸੀ ਹੈ ਉਹ ਦੱਸਦਾ ਕਲੀਅਰ ਵੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਫੇਲ ਹੋ ਗਈ, ਵੀ ਸਾਡੇ ਕੋਈ ਪ੍ਰਬੰਧ ਨਹੀਂ, ਸਿਰਫ ਇੱਕੋ ਬਹਾਨਾ ਕੋ ਵੀ ਕੋਲਾ ਜਿੰਨੀ ਆ ਰਿਹਾ ਜੀ, ਖਾਣਾ 'ਚ ਪਾਣੀ ਪੈ ਗਿਆ ਆਪਣਾ। ਜਦੋਂ ਕੋਈ ਪ੍ਰਬੰਧ ਪਹਿਲਾਂ ਕਰਨੇ ਹੁੰਦੇ ਨੇ ਸਰਕਾਰ ਨੇ, ਐਕਸ ਸਾਹਿਬ ਦੇ ਵਿਚਾਰੇ ਦੇ ਬਸ ਦੀ ਕੀ ਗੱਲ ਹੈ ਆਪਣਾ,
क्योंकि ये गड्डी का ड्राइवर कोई होर है, गड्डी चलाना कोई होर है, गड्डी का ड्राइवर कोई होर है, इस करके जिहड़ी जनता है उही कारपोरेट घराणा जिहड़ा अपना पीसना पीस रहे असीं लगातार लड़दे हाँ, उही लड़ाई उही है भी जे कारपोरेट घराणा नूं साडा ये पावर प्लांट बेचे गए नवें लाए गए उन्होंने पर ਤਾਂ ਅੱਜ ਐਡੀ ਵੱਡੀ ਮਾਰ ਪੈ ਰਹੀ ਹੈ। ਇਹ ਜਿਹੜੇ ਸਮਝੋ ਕਿੰਨੀ ਲਾਈਟ ਬਿਜਲੀ ਕਿੰਨੀ ਮਿਲ ਰਹੀ ਹੈ ਖੇਤਾਂ ਤੋਂ? ਖੇਤਾਂ ਦੇ ਵਾਸਤੇ ਤਾਂ ਲਾਈਟ ਜਿਹੜੀ ਰਾਤ ਵਾਲੀ ਤਾਂ ਸਮਝ ਲੈ ਜ਼ੀਰੋ ਹੈ ਜੀ, ਦੇ ਰਹੇ ਆ ਜਿਹੜੀ ਉਹ ਸੋਲੋ ਪ੍ਰਾਂਟ ਕਹਿੰਦੇ ਚੱਲ ਕੇ ਆਉਂਦੀ ਹੈ, ਦਿਨੇ ਕਿਤੇ 5 ਘੰਟੇ ਕਿਤੇ 4 ਘੰਟੇ ਇੱਦਾਂ ਆ ਰਹੀ ਹੈ, ਪੂਰੀ ਲਾਈਟ ਨਹੀਂ ਮਿਲਦੀ। ਝੋਨੇ ਨੁਕਸਾਨ ਹੈਗਾ? ਵੱਡਾ ਨੁਕਸਾਨ ਹੈ, ਝੋਨੇ ਨੂੰ ਕਣਕ ਵੀ ਨਹੀਂ ਬੀਜਦੀ ਸਾਡੀ ਵੱਲੋਂ, ਕਿਉਂਕਿ ਕਣਕ ਨੇ ਇਸੇ ਬਣਨਾ ਬੀਜਣਾ, ਉਹ ਕਣਕ ਵੀ ਨਹੀਂ ਬੀਜਣੀ ਸਾਡੀ। ਹਾਂ, ਇੱਕ ਹੋਰ ਸਵਾਲ ਹੈਗਾ ਜੀ, ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕੋਲੇ ਦੀ ਕਮੀ ਹੈ, ਕੋਲਾ ਹੈ ਨਹੀਂ ਗਾ, ਕੇਂਦਰ ਸਰਕਾਰ ਦਾ ਬਿਆਨ ਆਇਆ ਕਹਿੰਦੇ ਕੋਲੇ ਦੀ ਕੋਈ ਕਮੀ ਨਹੀਂ, ਕੋਲਾ ਵਾਧੂ ਹੈ। ਦੇਖੋ ਇਹਨਾਂ ਦੀ ਆਪ 'ਚ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਰਾਜਗੱਦੀ 'ਤੇ ਬੈਠੇ ਨੇ ਉਸੇ ਨਾਲ ਉਹ ਰਾਜਗੱਦੀ ਚਲਾ ਰਹੇ, ਇੱਕ ਦੂਜੇ ਦੇ ਵਿਰੁੱਧ ਦੂਸਰੇ ਨੂੰ ਲਾ ਜਾਂਦੇ ਨੇ। ਕੰਮ ਕੋਈ ਨਾ ਸੈਂਟਰ ਸਰਕਾਰ ਕਰ ਰਹੀ ਹੈ, ਨਾ ਪੰਜਾਬ ਸਰਕਾਰ ਕਰ ਰਹੀ ਹੈ, ਇਹ ਗੱਲਾਂ ਸਾਰੀਆਂ ਇਹਨਾਂ ਦੇ ਆਪ 'ਚ ਹੀ ਲੋਕਾਂ ਨੂੰ ਭੱਬਲ ਭੂਸੇ 'ਚ ਪਾ ਕੇ ਜਿਹੜੀ ਰਾਜਗੱਦੀ ਨੂੰ ਜਿਹੜੀ ਆਪਣੀ ਨੂੰ ਲਗਾਤਾਰ ਕਰੀ ਜਾਂਦੇ ਨੇ। ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ 2022 ਦੇ ਚੋਣਾਂ ਤੋਂ ਬਾਅਦ ਬਿਜਲੀ ਫ੍ਰੀ ਦਿੱਤੀ ਜਾਊਗੀ, 2 ਕਿਲੋ ਵਾਰ ਦੇ ਜਿਹੜੇ ਕਨੈਕਸ਼ਨ ਹੋਣਗੇ ਉਹਨਾਂ ਨੂੰ ਬਿਲਕੁਲ ਮੁਫਤ ਦਿੱਤੀ ਜਾਊਗੀ। ਦੇਖੋ ਬਾਦਲ ਸਾਹਿਬ ਕਹਿੰਦੇ ਸੀ ਅਸੀਂ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ, ਤੁਸੀਂ ਹਾਲਾਤ ਦੇਖੋ ਪੰਜਾਬ ਦਾ ਕੀ ਬਣਾਏ ਗਏ ਨੇ, ਉਹੀ ਫ੍ਰੀ ਵਾਲਾ ਜੁਮਲਾ ਹੋਣਾ, ਮਤਲਬ ਵੀ ਜਦੋਂ ਲਾਈਟ ਨਹੀਂ ਮਿਲਦੀ ਅਸੀਂ ਫ੍ਰੀ ਦਾ ਕਰਨਾ ਕੀ ਹੈ, ਅਸੀਂ ਪੈਸੇ ਦਿੰਦੇ ਹਾਂ ਸਾਨੂੰ ਲਾਈਟ ਦਾ ਦਿਓ ਨਾ ਕਮ ਸੇ ਕਮ, ਹੁਣ ਲਾਈਟ ਕਿਉਂ ਤਰਸ ਰਹੇ ਸਾਰੇ, ਅਸੀਂ ਪੈਸਾ ਨਾਲ ਲੈਣ ਨੂੰ ਤਿਆਰ ਹਾਂ, ਵੀ ਉਹ ਫ੍ਰੀ ਕਿੱਥੋਂ ਆਊਗੀ ਲਾਈਟ, ਜਾਂ ਲਾਈਟ ਤਾਂ ਹੈ ਨਹੀਂ ਇਹਨਾਂ ਕੋਲ। ਉਪ ਮੁੱਖ ਮੰਤਰੀ ਸ਼੍ਰੀ ਓਪੀ ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਸ਼ਾ ਦੇ ਆਧਾਰ ਉੱਤੇ ਕੀਤੇ ਕੰਮਾਂ ਲਈ ਕਾਇਆ ਕਲਪ ਐਵਾਰਡ ਤਹਿਤ ਅੱਜ ਰਾਜ ਪੱਧਰੀ ਸਮਾਗਮ ਦੌਰਾਨ 2.12 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਨ੍ਹਾਂ ਇਨਾਮਾਂ ਵਿੱਚ ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਪਠਾਨਕੋਟ ਜ਼ਿਲ੍ਹਾ ਤੀਸਰੇ ਸਥਾਨ ਉੱਤੇ ਰਿਹਾ। ਸ਼੍ਰੀ ਸੋਨੀ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦੇ ਕਿਹਾ ਕਿ ਸਾਰੇ ਹਸਪਤਾਲ ਅੱਗੇ ਤੋਂ ਹੋਰ ਮਿਹਨਤ ਕਰਨ ਅਤੇ ਜਿਹੜੇ ਹਸਪਤਾਲ ਇਸ ਦੌੜ ਵਿੱਚੋਂ ਬਾਹਰ ਰਹਿ ਗਏ ਹਨ ਅਗਲੇ ਸਾਲ ਤੱਕ ਉਹ ਵੀ ਆਪਣਾ ਪ੍ਰਬੰਧ ਸੁਧਾਰ ਕੇ ਇਨਾਮ ਪ੍ਰਾਪਤ ਕਰਨ। ਇਸ ਸਮਾਗਮ ਵਿੱਚ ਬੋਲਦੇ ਸ਼੍ਰੀ ਸੋਨੀ ਨੇ ਕਿਹਾ ਕਿ ਜਿਸ ਹਸਪਤਾਲ ਦੀ ਸਾਫ਼ ਸਫਾਈ ਅਤੇ ਪ੍ਰਬੰਧਾਂ ਵਿੱਚ ਖਾਮੀਆਂ ਹਨ ਉਹ ਮਰੀਜ਼ਾਂ ਦਾ ਇਲਾਜ ਕੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਹਸਪਤਾਲ ਆਉਂਦੇ ਮਰੀਜ਼ ਹਸਪਤਾਲ ਦੇ ਪ੍ਰਬੰਧ ਅਤੇ ਡਾਕਟਰਾਂ ਦਾ ਵਤੀਰਾ ਵੇਖ ਕੇ ਜਿੰਨੇ ਰਾਜ਼ੀ ਹੋ ਸਕਦੇ ਹਨ ਉਹਨੇ ਸ਼ਾਇਦ ਦਵਾਈ ਨਾਲ ਵੀ ਨਹੀਂ। ਹੈਲਥ ਡਿਪਾਰਟਮੈਂਟ ਵੱਲੋਂ ਸਵੱਛ ਭਾਰਤ ਅਭਿਮਾਨ ਦੇ ਤਹਿਤ ਕਾਇਆ ਕਲਪ ਨਾਮ ਵੰਡ ਸਮਾਗਮ ਜਿਹੜਾ ਹੈ ਉਹ ਅੰਮ੍ਰਿਤਸਰ 'ਚ ਰੱਖਿਆ ਗਿਆ ਸਟੇਟ ਲੈਵਲ ਦਾ। ਸੋ ਅੱਜ ਉਹਨਾਂ ਹੋਸਪਿਟਲਾਂ ਨੂੰ ਪ੍ਰਾਈਜ਼ ਮਿਲੇ ਨੇ ਜਿਨ੍ਹਾਂ ਹਸਪਤਾਲਾਂ ਨੇ ਆਪਣੇ ਹਸਪਤਾਲਾਂ ਨੂੰ ਬਿਊਟੀਫਾਈ ਕੀਤਾ, ਜਿੱਥੇ ਸਫਾਈ ਸੀਵਰੇਜ ਹਰ ਤਰ੍ਹਾਂ ਦਾ ਜਿਹੜਾ ਧਿਆਨ ਰੱਖਿਆ। ਸੋ ਇਹ ਜਿਹੜੀਆਂ ਟੀਮਾਂ ਜਿਹੜੀਆਂ ਨੇ ਬਾਹਰੋਂ ਆਉਂਦੀਆਂ ਨੇ ਸੈਂਟਰ 'ਚੋਂ ਚੈੱਕ ਕਰਦੀਆਂ ਨੇ। ਸੋ ਇਹ ਸੈਂਟਰ ਦੀ ਸਕੀਮ ਹੈ, ਸੋ ਮੈਂ ਸਮਝਦਾ ਇਹ 15 ਤੋਂ ਇਹ ਸਕੀਮ ਕਾਇਆ ਕਲਪ ਦੀ ਸਟਾਰਟ ਹੋਈ ਸੀ। ਸੋ ਕਾਇਆ ਕਲਪ ਜਿਹੜਾ ਉਹਦਾ ਮੀਨਿੰਗ ਹੀ ਹੈ ਪਰਿਵਰਤਨ। ਸੋ ਪਰਿਵਰਤਨ ਬਦਲਾਅ ਤਾਂ ਹੀ ਆਉਂਦਾ ਜੇ ਥੋੜ੍ਹਾ ਬਹੁਤਾ ਮਨ 'ਚ ਸੋਚ ਇਹੋ ਜਿਹੀ ਹੋਵੇ ਕਿ ਅਸੀਂ ਆਪਣੇ ਹਸਪਤਾਲਾਂ ਨੂੰ ਸਾਫ਼ ਸੁਥਰਾ ਰੱਖਣਾ। ਸੋ ਜਿਹੜੇ ਪੰਜਾਬ ਦੇ ਹੋਸਪਿਟਲ ਇਸ ਕੰਪੀਟੀਸ਼ਨ ਤੋਂ ਅੱਗੇ ਆਏ ਨੇ ਉਹਨਾਂ ਨੂੰ ਅੱਜ ਅਸੀਂ ਇੱਥੇ ਪ੍ਰਾਈਜ਼ ਦਿੱਤੇ ਨੇ। ਸੋ 2 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਅਸੀਂ ਅੱਜ ਦਿੱਤੀ ਆ ਆਪਣੇ ਸਰਕਾਰੀ ਹੋਸਪਿਟਲਾਂ ਨੂੰ, ਉਹਦੇ 'ਚੋਂ 75% ਜਿਹੜਾ ਉਹ ਹੋਸਪਿਟਲ 'ਤੇ ਲੱਗੇਗਾ, ਉਹਦੀ ਸਫਾਈ ਵਾਸਤੇ ਖਰਚਿਆ ਜਾਏਗਾ ਜਾਂ ਹੋਰ ਉਹਦੀ ਡਿਵੈਲਪਮੈਂਟ ਵਾਸਤੇ ਖਰਚਿਆ ਜਾਏਗਾ। ਬਾਕੀ 25% ਜਿਹੜਾ ਉਹ ਜਿਹੜੇ ਡਾਕਟਰਾਂ ਨੇ ਮਿਹਨਤ ਕੀਤੀ ਆ, 25% ਸਟਾਫ ਨੂੰ ਜਾਏਗਾ, ਜਿਹੜੇ ਸਟਾਫ ਨੇ ਮਿਹਨਤ ਕੀਤੀ ਆ, ਡਾਕਟਰ ਸਪਾਹ ਨੇ ਮਿਹਨਤ ਕੀਤੀ ਆ, ਉਹਨਾਂ ਨੂੰ 25% ਉਹਦਾ ਉਹਨਾਂ ਨੂੰ ਮਿਲੇਗਾ। ਸੋ ਮੈਂ ਸਮਝਦਾ ਇਹਦੇ ਨਾਲ ਹੋਰ ਹੌਸਲਾ ਵੱਧਦਾ। ਸੋ ਇਹਦੇ ਨਾਲ ਇਹੋ ਜਿਹਾ ਮੈਸੇਜ ਜਾਏਗਾ ਤਾਂ ਕਿ ਦੂਜੇ ਵੀ ਸਾਡੇ ਹਸਪਤਾਲਾਂ ਦੇ ਜਿਹੜੇ ਸਿਵਲ ਸਰਜਨ ਸਪਾਹ ਨੇ, ਹੋਰ SMO ਨੇ, ਉਹ ਆਪਣੇ ਹਸਪਤਾਲਾਂ ਦਾ ਕੰਮ ਪ੍ਰੋਪਰ ਤਰੀਕੇ ਨਾਲ ਠੀਕ ਰੱਖਣਗੇ। ਸੋ ਅਗਲੇ ਸਾਲ ਉਹ ਵੀ ਇੱਥੋਂ ਪ੍ਰਾਈਜ਼ ਲੈ ਕੇ ਜਾਣਗੇ। ਸੋ ਅੱਜ ਅਸੀਂ ਜਿਹੜਾ 2 ਕਰੋੜ ਰੁਪਈਆ ਦਿੱਤਾ, ਸੋ ਉਹਦੇ 'ਚ 1/4 ਜਿਹੜਾ ਉਹ ਸਟਾਫ ਨੂੰ ਜਾਏਗਾ।
50 लाख के करीब साढ़े स्टाफ में जाएगा वो तो। सो मैं समझना ये जी स्कीम है ये होर भी साढ़े काम चे हस्पता की सफाई तेजी आई। डेंगू की गल की सो मैं दसना चाहना कि साडा सरकार का पूरा ध्यान जिस तरह पहलों करोना च सी अज भी असी करोना छड़िया नहीं उसकी टेस्टिंग प्रॉपर तरीके हो रही है। सो उस तो बाद बड़ी करोना की लड़ाई लड़ी परमात्मा की कृपा हुई हूँ बिल्कुल तकरीबन बिल्कुल ठीक चल रहा हूँ। जेडे डेंगू के जोड़े केस आ रहे हैं करोना तो बाद अज तक पंजाब जोड़े पॉजिटिव केस ने वो 5500 के करीब ने। सो 18,500 के करीब जोड़ा वो असी टेस्ट कर चुके हैं। सो वे 5500 जोड़े केस ने पॉजिटिव आए ने वो इलाज जोड़ा उन्होंने साढ़े हस्पता हो रहा। असी 700 जोड़ा वलंटियर 700 बंद नवी टीम जी इस काम से होर ला दी है जेड़े लोगों तक आप जा रहे हैं। सो वे परमात्मा का शुक्रिया परमात्मा की कृपा है कि अज तक कोई डैथ नहीं हुई सर डेंगू न। सो इलाज जोड़ा हर तरह का इलाज सरकार वालों फ्री किया जा रहा है। मेडिसिन असीं दे रहे उन्हां दा प्रॉपर इलाज जिहड़ा साडे हस्पतालां च हो रहा है किसी तरह की मुश्किल जी वेखो तुम सारे अफसर इतने बुलाए ने साडे सैकटरी हेल्थ इतने ने डायरैक्टर हेल्थ इतने ने साडे MD जड़े ने वो भी इतने ने। सो सारे इतने मैं मीटिंगा इतने कर रहा हाँ असी बाहर के हस्पतालों भी जा रहे हैं हूँ मैं जा रहा आप चैकिंग से असी जा रहे हैं राती साढ़े मैडम डायरैक्टर जोड़े ने वो तरन तारण होर हस्पतालों से जाके आए हैं। मैं टीम बनाती ने सैकटरी साहब खुद वेख रहे हैं मैं आप खुद जा रहा। सो सारिया टीम जिन्हें साढ़े डायरैक्टर डिप्टी डायरैक्टर साढ़े MD सारे दिया ड्यूटियां ने सारे हिदायतें जा रही सरकार वालों करती ने कि सारे आप जड़े ने हस्पतालों की विजिट कर हर हफ्ते 2 दिन साढ़े जोड़े चंडीगढ़ अफसर बैठते हैं चाहे साढ़े सैकटरी साहब ने चाहे डायरैक्टर ने चाहे डिप्टी डायरैक्टर ने चाहे MD ने सारे 2 दिन जोड़े फील्ड उन्होंने ड्यूटियां लातियां ने साढ़े चंडीगढ़ मीटिंग ला के करती ने भी किसी तरह की जी अणगेली है वो बर्दाश्त नहीं होगी। लग रहा कि आंकड़े छुपाए जा रहे हैं हॉस्पिटल प्राइवेट भरे हुए हैं इतने देखो कोई आंकड़े यह गल नहीं सरकार का वो फायदा छुपाने का फायदा नहीं दसन का फायदा जे असी यह गल साडे अफसर यह कताई करे छुपाएंगे किसी चीज़ को जो आंकड़े पूरे नहीं देंगे वो साडा नुकसान है। सो यह कोई यह काम नहीं जी आप सारी चैकिंग हो रही स्टाफ इन्ना वधाता है असी होर 700 बंदा आउटसोर्स से रख लिया किसी तरह की मुश्किल आन नहीं दी जाएगी पंजाब जे असी करोना की लड़ाई लड़ सकते हैं तो डेंगू की लड़ाई क्यों नहीं लड़ सकते। असी अज भी मैं तुहाडे सामने इत्थे जिहड़ा फंक्शन होया उहदे च मैं कहा कि किसी चीज़ वो जी कंप्रोमाइज सरकार नहीं करेगी। सो सरकार का इको ही मैसेज है सारे नूं कि साडा साथ दिओ पब्लिक नूं भी यह रिक्वेस्ट की है कि सरकार का साथ दिओ हेल्थ डिपार्टमेंट का साथ दिओ किसी तरह की साडे अफसर वालों कोई कताई नहीं होगी हर एक नूं प्रोपर ट्रीट किया जाएगा हस्पतालों च कोई पेशेंट जाता उन्हें प्रोपर तरीके ट्रीट किया जाऊगा जे किसी तरह की कोई डिगेली होगी उस अफसर की जिम्मेवारी होगी उस डॉक्टर की। सरकार वालों हर उपराला किया जा रहा है इस बीमारी तो बचने वास्ते डॉक्टर वालों भी खास जो ध्यान रखा जा रहा है पर कुछ डॉक्टर जोड़े ने इनगैली कर रहे जिस तरह गुरु बड़िया खामिया सामने आ रही। मैं कल भी उत्थे तुहानू पता है अजे मैडिकल कॉलेज जिहड़ा पहले मेरे को मैडिकल एजुकेशन सी कल मैं मैडिकल कॉलेज तुहानू पता है सारे प्रेस वाले कल मैं मेडिकल कॉलेज जाकर भी मीटिंग करके आया।
ਸੋ ਉੱਥੇ ਵੀ ਸਾਰਿਆਂ ਨੂੰ ਇਹੋ ਦਾਤਾਂ ਜਾਰੀ ਕੀਤੀਆਂ, ਕੋਈ ਪੇਸ਼ੈਂਟ ਆ ਜਾਵੇ ਕਿਸੇ ਪੇਸ਼ੈਂਟ ਨੂੰ ਬਿਨਾਂ ਚੰਗੀ ਤਰ੍ਹਾਂ ਟ੍ਰੀਟ ਕਰਨ ਤੋਂ ਬਗੈਰ ਭੇਜਣਾ ਨਹੀਂ। ਸੋ ਪ੍ਰੋਪਰ ਤਰੀਕੇ ਨਾਲ ਇਲਾਜ ਹੋਣਾ, ਜਿਹੜਾ ਇਹੋ ਜਿਹਾ ਕੋਈ ਕੇਸ ਹੁੰਦਾ ਉਹ ਮੇਰੇ ਨੋਟਿਸ 'ਤੇ ਲਿਆਓ, ਉੱਥੇ ਉਹਦਾ ਐਕਸ਼ਨ ਹੋਏ। दिल्ली के मुख्यमंत्री अरविंद केजरीवाल ने कहा कि नेड़ले राज्यों के किसानों ने पराली नूं अग लाउणी शुरू कर दी है, जिस कारण बीते तीन चार दिनों तो राजधानी में हवा प्रदूषण बढ़ गया है। उन्होंने कहा कि दिल्ली सरकार की रेड लाइट ऑन गड्डी ऑफ मुहिम 18 अक्टूबर तो दोबारा शुरू होगी। उन्होंने कहा कि जदों गड्डिया विच पेट्रोल डीजल सड़दा है तो प्रदूषण होर बढ़ जाता है, इसलिए यह मुहिम चलाई जाएगी। पिछले साल हम सब लोगों ने एक कार्यक्रम चलाया था, रेड लाइट ऑन गाड़ी ऑफ, याद है? उसके बड़े शानदार नतीजे आए थे कि रेड लाइट के ऊपर अगर हम, रेड लाइट होती है गाड़ी रोक लेते हैं लेकिन गाड़ी ऑन रखते हैं, इंजन ऑन रखते हैं, उसे पेट्रोल चलता रहता है, डीजल चलता रहता है, तेल चलता रहता है और पोल्यूशन फैलता रहता है। कई बार अगर आप रेड लाइट पर खड़े हो जाओ ना, इतना आँखें जलने लग जाती हैं, इतना पोल्यूशन हो जाता है, इतनी सारी गाड़ियाँ होती हैं। तो हम लोगों ने, सब ने, दिल्ली के लोगों ने मिलकर कैंपेन चलाया था, रेड लाइट ऑन गाड़ी ऑफ, जैसे ही रेड लाइट हो गाड़ी ऑफ कर दो और जैसे फिर ग्रीन हो गाड़ी ऑन कर लो। इससे आम के आम, गुठलियों के दाम, आपका तेल भी बचेगा, प्रदूषण भी कम होगा। तो आज एक तो ये कसम खानी है कि अब रेड लाइट के ऊपर हम जब भी रुकेंगे गाड़ी ऑफ करेंगे। 18 तारीख से ये कैंपेन चालू हो रहा है और आप आज से ही शुरू कर दो, अगर आप मेरा ये सुन रहे हैं तो आज से ही शुरू कर दो। 18 से तो एक फॉर्मल लॉन्च है लेकिन आप आज से ही शुरू कर दो कि जैसे ही रेड लाइट के ऊपर गाड़ी रुके आप इसको ऑफ कर दो, अपनी गाड़ी को ऑफ कर दो। दूसरा, हफ्ते में एक बार क्या हम अपनी गाड़ी या अपने स्कूटर का इस्तेमाल एक बार या एक से अधिक बार रोक सकते हैं? मतलब जैसे हम दफ्तर जाते हैं या हम मार्केट जाते हैं या हम कोई एंटरटेनमेंट किसी भी चीज़ के लिए घर से निकलते हैं, अपनी गाड़ी लेके जाते हैं, अपना स्कूटर लेके जाते हैं, एक बार हफ्ते में ऐसा कर लें कि हम अपनी गाड़ी नहीं लेके जाएंगे, या तो मेट्रो से जाएंगे या बस से जाएंगे या किसी के साथ गाड़ी शेयर कर लेंगे। अगर हम ऐसा करेंगे तो बताया जा रहा है एक्सपर्ट्स के द्वारा कि खूब पोल्यूशन भी कम होगा और खूब तेल भी बचेगा। तो दूसरी, आज हमें अपनी आज कसम खानी है कि हम हफ्ते में कम से कम एक बार, ज़्यादा करें तो और अच्छा है, कम से कम एक बार अपनी गाड़ी का इस्तेमाल नहीं करेंगे, या तो पब्लिक ट्रांसपोर्ट यूज़ करेंगे या किसी के साथ कार पूलिंग करेंगे, गाड़ी शेयर करेंगे। इस दे नाल ही उचित खबरों का बुलेटिन इत्थे खत्म हुंदा है। नवीं ते ताज़ा तरीन खबर लैके फिर तो हाजिर होवांगे, तद तक लई दिओ इजाजत, धन्यवाद। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।